σε δωσάτε το τέτοισκο. Το σαν κάτω σε κοντούνε αν το να πάει αγώ και αν είναι γιάρε δες πούρα λέω σαρπασό μάρ ζέν καρτή σιλκ διάρ σε ήτζαν λγγε παθτε. हर गुरु नानक जिन परसे हो ते इत उत सदा मुक्ते इत उत सदा मुक्ते दर्शन परसे जाए गुरु के जन्म मरण दुख जाए सारे प्रभु जी दर्शन पर से गुरु के जन्म मरण दुख दर्शन पर से Oh.
मिलया गुरमुख मैल होए गुर दरिया गुर नामित दरिया जन्म हम काल हो सुख हर तल गुर से दर्शन पर से गुरु जन्म मरण दुख जा दर्शन पर से दर्शन को लो चै सबको पूरे भाग प्राप्त हो दर्शन को लो चै सबको पूरे भाग दर्शन पर से गुरु के जन्म मरण दुख जाए जन्म मरण दुख जाए दर्शन मांगो दे प्यारे हमारी सेवा दर्शन के प्रतीक न आईया दर्शन मांगो दे प्यारे तुम्हारी सेवा कौन कौन ना करे तुम्हारी सेवा दर्शन बोलो जय सब कोई दर्शन की लोचा ते हर कोई रखता है सब किसी को दर्शन प्राप्त करने के मन में चाहत होंगी है ते असी भी सारे दर्शन की चाहत लैके ही सतगुरु जी की हजूरी में आ बैठे हैं और विशेष दिन जान के सतगुरु नानक पातशाह जी तुहाडा आगमन दिवस जान के तुहाडे दर्शनां दी चाहत लैके तुहाडे चरण कमलां विच आ बैठे हैं सतगुरु गरीब नवाज पातशाह जी कहिंदे ने दर्शन को लोचा सब कोई पर की दर्शन करन दे नाल जिस तरह असी दर्शन कर रहे हैं इस तरह दर्शन करन दे नाल वाकया ही साडे दर्शन हो रहे हैं असी दर्शन कर रहे हैं सवाल तो गुरबाणी पिछों ये सामने खड़ा होके आ रहे हैं भी वाकया ही असी दर्शन कर रहे हैं सतगुरु गरीब नवाज पातशाह जी कहते हैं
ਇਹ ਦਰਸ਼ਨ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੇ ਨੇ। ਕਹਿੰਦੇ ਨੇ ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਏ। ਜੀ ਉਹ ਭਾਗ ਸਾਡੇ ਕਿਸ ਤਰ੍ਹਾਂ ਬਣਨ, ਅਸੀਂ ਉਹਨਾਂ ਭਾਗਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰੀਏ, ਉਹ ਭਾਗ ਸਾਨੂੰ ਕਿਵੇਂ ਲੱਗਣ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕਾਲ ਦੀਆਂ ਬੜੀਆਂ ਅਨੇਕਾਂ ਘਟਨਾਵਾਂ ਤੇ ਸਾਖੀਆਂ ਦੇ ਸਰੂਪ ਵਿੱਚ ਤੁਹਾਡੇ ਸਾਹਮਣੇ ਸੁਣੀਆਂ ਸੁਣਾਈਆਂ ਜਾਂਦੀਆਂ ਨੇ। ਜਿਸ ਕਿਸੇ ਨੇ ਵੀ ਗੁਰੂ ਕੇ ਦਰਸ਼ਨ ਕੀਤੇ, ਇਹ ਪਵਿੱਤਰ ਸ਼ਬਦ ਜਿਹੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਨਾ, ਇਹ ਪਾਵਨ ਪਵਿੱਤਰ ਸ਼ਬਦ ਪਟਨਾ ਦੇ ਸਵਈਆਂ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪੁਸਤਕ ਵਿੱਚ ਲਿਖਿਆ ਹੋਇਆ, ਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਆਪਣੇ ਗੁਰੂ ਲਈ ਇਹ ਗੱਲ ਆਖ ਰਹੇ ਨੇ, ਗੁਰੂ ਅੰਗਦ ਸਾਹਿਬ ਜੀ ਵੱਲੋਂ। ਤੇ ਗੁਰੂ ਅੰਗਦ ਸਾਹਿਬ ਜੀ ਕਿਹਦੇ ਸ਼ਰਨ ਚ ਗਏ ਸਨ? ਭਾਈ ਲਹਿਣਾ ਜੀ ਕਿਹਦੇ ਸ਼ਰਨ ਚ ਪਹੁੰਚੇ ਸਨ? ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ। ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਪਹੁੰਚ ਕੇ ਭਾਈ ਲਹਿਣਾ ਜੀ ਅੰਗਦ ਸਰੂਪ ਹੋਏ ਤੇ ਉਹਨਾਂ ਵੱਲੋਂ ਇਹ ਪਵਿੱਤਰ ਸ਼ਬਦ ਉਹਨਾਂ ਵੱਲੋਂ ਆਖਿਆ ਜਾ ਰਿਹਾ ਆਪਣੇ ਗੁਰੂ ਨੂੰ, ਤੇ ਕੀ ਆਖਿਆ ਜਾ ਰਿਹਾ? ਕਹਿੰਦੇ ਅਮਹਿ ਦ੍ਰਿਸ਼ਟ, ਅਮਹਿ ਕਹਿੰਦੇ ਨੇ ਅੰਮ੍ਰਿਤ, ਅੰਮ੍ਰਿਤਮਈ, ਦ੍ਰਿਸ਼ਟ ਕਹਿੰਦੇ ਨੇ ਨਿਗਾਹ, ਤੁਹਾਡੀ ਨਜ਼ਰ। ਕਹਿੰਦੇ ਨੇ ਇਹ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਹੈ, ਤੁਸੀਂ ਜਿੱਧਰ ਵੇਖਦੇ ਹੋ ਅੰਮ੍ਰਿਤ ਵਰਸਦਾ ਤੁਹਾਡੇ ਵੇਖਣ ਨਾਲ। ਅਮਹਿ ਦ੍ਰਿਸ਼ਟ, ਉਸ ਦ੍ਰਿਸ਼ਟੀ ਵਿੱਚੋਂ ਅੰਮ੍ਰਿਤ ਜਿਸ ਚੋਂ ਵਰਸਦਾ ਹੈ ਉਹ ਕੀ ਕਰਦਾ? ਕਹਿੰਦੇ ਨੇ ਅਮਹਿ ਦ੍ਰਿਸ਼ਟ ਸ਼ੁਭ ਕਰੈ, ਜਿਸ ਪਾਸੇ ਵੀ ਤੁਹਾਡੀ ਦ੍ਰਿਸ਼ਟੀ ਜਾਂਦੀ ਹੈ ਉਸ ਪਾਸੇ ਭਲਾ ਹੀ ਭਲਾ, ਉਸ ਪਾਸੇ ਸ਼ੁਭ ਹੀ ਸ਼ੁਭ, ਉਸ ਪਾਸੇ ਚੰਗਾ ਹੀ ਚੰਗਾ, ਅੱਛਾ ਹੀ ਅੱਛਾ। ਅਮਹਿ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਗਲ ਮਨ, ਕਹਿੰਦੇ ਨੇ ਸਾਰੀਆਂ ਮੈਲਾਂ ਸਾਰੇ ਪਾਪ ਸਭ ਦੂਰ ਹੋ ਜਾਂਦੇ ਨੇ, ਹਰ ਦੂਰ ਹੋ ਜਾਂਦੇ ਨੇ। ਧਿਆਨ ਨਾਲ ਸੁਣਨਾ ਇਹਨਾਂ ਭਗਤੀਆਂ ਨੂੰ। ਅਮਹਿ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਗਲ ਮਨ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭ ਹੈ ਬਲ। ਇਹ ਕਹਿੰਦੇ ਨੇ ਜਿੰਨੇ ਬਲਵਾਨ ਸਨ ਨਾ, ਜਿਹਨੂੰ ਸਤਿਗੁਰ ਪਾਤਸ਼ਾਹ ਨੇ ਆਖਿਆ, ਕਹਿੰਦੇ ਪੰਜੇ ਬੰਦੇ ਮਹਾਂਬਲੀ ਪਰ ਸੱਚਾ ਢੁੱਬਾ, ਆਹ ਬਲੀ ਸਨ ਕਹਿੰਦੇ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭ ਹੈ ਬਲ। ਇਹ ਬੜੇ ਬਲਵਾਨ ਜਿਹੜੇ ਸਨ ਕਹਿੰਦੇ ਸਾਰਿਆਂ ਨੂੰ ਵਸ ਵੀ ਕਰ ਗਏ। ਤੇ ਹੋਇਆ ਕੀ? ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਆਪਣੇ ਗੁਰੂ ਦੇ ਸਨਮੁਖ ਖੜੇ ਹੋ ਕੇ ਗੱਲ ਆਖ ਰਹੇ ਨੇ। ਕਹਿੰਦੇ ਹੋਇਆ ਕੀ? ਕਹਿੰਦੇ ਸਦਾ ਸੁਖ ਮਨ ਵਸੈ ਦੁੱਖ ਸੰਸਾਰ ਹੈ ਖੋਵੈ। ਕਹਿੰਦੇ ਸਾਰੇ ਮੇਰੇ ਸੰਸਾਰ ਦੇ ਜਿਤਨੇ ਦੁੱਖ ਹਨ ਸਾਰੇ ਖਤਮ ਹੋ ਗਏ, ਮੈਂ ਸਦਾ ਸੁਖ ਦੀ ਜ਼ਿੰਦਗੀ ਵਿੱਚ ਪਹੁੰਚ ਗਿਆ, ਸਦਾ ਸੁਖ ਦੇ ਸ਼ਹਿਰ ਵਿੱਚ ਪਹੁੰਚ ਗਿਆ, ਸਦਾ ਸੁਖ ਦੇ ਸਥਾਨ ਤੇ ਪਹੁੰਚ ਗਿਆ। ਸਦਾ ਸੁਖ ਮਨ ਵਸੈ ਦੁੱਖ ਸੰਸਾਰ ਹੈ, ਸਭ ਸੰਸਾਰ ਦੇ ਦੁੱਖ ਮੁੱਕਦੇ ਨੇ। ਕਹਿੰਦੇ ਨੇ ਗੁਰੂ ਨਾਮ ਦੇ ਦਰਿਆਓ ਜਨਮ ਹਮ ਕਲ, ਕਹਿੰਦੇ ਨੇ ਗੁਰੂ ਐਸਾ ਦਰਿਆ ਹੈ, ਇਸ ਪ੍ਰਕਾਰ ਦਾ ਦਰਿਆ ਹੈ। ਇਹ ਪਿਛਲੇ ਦਿਨਾਂ ਵਿੱਚ ਤੁਸੀਂ ਵੀ ਖਬਰ ਪੜ੍ਹੀ ਹੋਵੇਗੀ, ਜੇ ਵੇਈ ਨਦੀ ਦੀ ਸਫਾਈ ਕਰਨੀ ਹੈ, ਉਹ ਬਾਬਾ ਸੀਚੇਵਾਲ ਜੀ ਜਿਹੜੇ ਨੇ ਨਾ, ਉਹ ਵੇਈ ਨਦੀ ਦੀ ਸਫਾਈ ਤੇ ਲੱਗੇ ਹੋਏ ਸੀ ਵੀ ਆਪਾਂ ਵੇਈ ਨਦੀ ਸਫਾਈ ਕਰਨੀ ਹੈ। ਇਹ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਪੜੀ, ਇਹ ਵੀ ਚੱਲੀ ਸੀ ਜੀ, ਗੰਗਾ ਦੀ ਵੀ ਸਫਾਈ ਕਰਨੀ ਹੈ, ਜਿਹਦੇ ਵਿੱਚ ਜਾ ਕੇ ਲੋਕੀ ਕਹਿੰਦੇ ਅਸੀਂ ਪਵਿੱਤਰ ਹੁੰਦੇ ਹਾਂ। ਜਿਸ ਵੇਈ ਨਦੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਸ਼ਨਾਨ ਕਰਦੇ ਰਹੇ ਨੇ ਸੁਲਤਾਨਪੁਰ, ਜਦੋਂ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਉੱਥੇ ਆਪਣੀ ਭੈਣ ਅਤੇ ਪਣਵਈਏ ਦੇ ਕੋਲ ਰਹਿੰਦੇ ਸਨ, ਬੇਬੇ ਨਾਨਕੀ ਜੀ ਦੇ ਕੋਲ, ਭਾਈਆ ਜੈ ਰਾਮ ਜੀ ਦੇ ਕੋਲ ਰਹਿੰਦੇ ਸਨ, ਸਤਿਗੁਰ ਪਾਤਸ਼ਾਹ ਜੀ ਰੋਜ਼ਾਨਾ ਉੱਥੇ ਇਸ਼ਨਾਨ ਕਰਦੇ ਸਨ। ਉਹਨੂੰ ਵੀ ਸਫਾਈ ਕਰਨ ਦੀ ਲੋੜ ਪੈ ਗਈ, ਉਹਨਾਂ ਨਦੀਆਂ ਨੂੰ ਵੀ ਸਾਫ਼ ਕਰਨਾ ਪੈ ਗਿਆ। ਕਿਉਂ? ਕਿਉਂਕਿ ਨਦੀਆਂ
ਅਸਾਂ ਸਾਫ਼ ਨਹੀਂ ਰਹਿਣ ਦਿੱਤੀਆਂ। ਅਸੀਂ ਤੁਰੇ ਜਾਂਦੇ ਕੀ ਕਰਦੇ ਹਾਂ, ਕਿਸੇ ਨਦੀ 'ਚ ਨਾਰੀਅਲ ਸੁੱਟਿਆ, ਕਿਸੇ ਨਦੀ 'ਚ ਮਾਂਹ ਸੁੱਟੀ, ਕਿਸੇ ਨਦੀ 'ਚ ਆਟਾ ਸੁੱਟਿਆ। ਅਸੀਂ ਇਹ ਨਦੀਆਂ ਸਾਰੀਆਂ ਖਰਾਬ ਕੀਤੀਆਂ। ਤੁਸੀਂ ਇਹ ਚਲੇ ਜਾਓ ਨਾ, ਲੁਧਿਆਣੇ ਚਲੇ ਜਾਓ, ਇਹ ਗੁੰਡਾ ਨਾਲਾ ਬੰਦਾ ਜੀ ਦੇ ਰਿਹਾ। ਇਹ ਮੈਨੂੰ ਹੁਣ ਸ਼ਾਇਦ ਹੋ ਸਕਦਾ ਮੇਰਾ ਨਾਂ ਕਿਤੇ ਗਲਤ ਹੋਵੇ ਤੇ ਕਰੈਕਟ ਕਰ ਦੇਣਾ। ਉਹ ਕਹਿੰਦੇ ਨੇ ਉਹਦੇ ਵਿੱਚ ਕਹਿੰਦੇ ਨੇ ਕਈ ਵਾਰੀ ਪਾਣੀ ਦਿਸਦੇ ਹੀ ਨਹੀਂ, ਇੰਨਾ ਕੁ ਸੁੱਟਿਆ ਹੁੰਦਾ ਉਹਦੇ ਵਿੱਚ। ਸਤਿਗੁਰ ਪਾਤਸ਼ਾਹ ਜੀ ਕਹਿ ਰਹੇ, ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਨੇ ਗੁਰੂ ਸਾਹਿਬ ਪਾਤਸ਼ਾਹ ਜੀ ਤੁਸੀਂ ਐਸੇ ਦਰਿਆ ਹੋ। ਕਹਿੰਦੇ ਨੇ ਗੁਰਨਾਮ ਦਰਿਆ ਜਨਮ ਹਮ ਕਾਲਮ ਤੋਂ ਗਏ, ਇਹ ਦਰਿਆ ਦੇ ਬਾਹਰ ਵੀ ਸਾਡੀ ਮਹਿਲ ਲਾਂਦੇ ਨੇ, ਪਰ ਤੁਸੀਂ ਐਸੇ ਦਰਿਆ ਸਾਡੇ ਅੰਦਰ ਦੀ ਮਹਿਲ ਕਰ ਦਿੰਦੇ ਹੋ, ਸਾਡੇ ਅੰਦਰੋਂ ਨਿਰਮਲ ਕਰ ਦਿੰਦੇ ਹੋ। ਕੇਵਲ ਗੁਰੂ ਵੈਸਾ ਜਿਹੜੀ ਸਾਡੀ ਅੰਦਰ ਦੀ ਮਹਿਲ ਉਤਾਰਦਾ, ਬਾਕੀ ਦੁਨੀਆਂ ਦੀਆਂ ਕੋਈ ਨਦੀਆਂ ਸਾਡੀ ਅੰਦਰ ਦੀ ਮਹਿਲ ਨਹੀਂ ਉਤਾਰ ਸਕਦੀਆਂ। ਬਾਹਰ ਦੀ ਮਹਿਲ ਉਤਾਰ ਦੇਣਗੀਆਂ ਜੀ ਸਦਕੇ, ਪਰ ਅੰਦਰ ਦੀ ਮਹਿਲ ਗੁਰੂ ਉਤਾਰਦਾ। ਕੈਸੇ ਕੈਸਿਆਂ ਦੀ ਮਹਿਲ ਉਤਾਰੀ, ਇੱਕ ਐਸਾ ਸ਼ਖਸ ਦੱਖਣ ਦੇ ਇਲਾਕੇ ਵਿੱਚ ਸਤਿਗੁਰ ਪਾਤਸ਼ਾਹ ਜੀ ਜਿਸ ਵਕਤ ਪ੍ਰਚਾਰ ਫੇਰੀਆਂ 'ਤੇ ਗਏ ਨਾ, ਜਿਹਨੂੰ ਅਸੀਂ ਉਦਾਸੀਆਂ ਆਖਦੇ ਹਾਂ, ਦੱਖਣ ਦੇ ਇਲਾਕੇ ਵਿੱਚ ਚਲੇ ਗਏ ਸਤਿਗੁਰ ਪਾਤਸ਼ਾਹ ਜੀ। ਇਹ ਜਬਲਪੁਰ ਦਾ ਇਲਾਕਾ ਜੇ ਵਿੰਧਿਆਚਲ, ਜਬਲਪੁਰ ਦੇ ਇਲਾਕੇ ਵਿੱਚ, ਉਸ ਇਲਾਕੇ ਦੇ ਵਿੱਚ ਜਿਹੜੇ ਨੇਟਿਵ ਲੋਕ ਸਨ, ਉੱਥੇ ਦੇ ਅਸਲ ਵਸਨੀਕ ਲੋਕ ਸਨ ਜਿਹੜੇ, ਉਹਨਾਂ ਨੂੰ ਆਖਦੇ ਸਨ ਭੀਲ। ਭੀਲ ਜਾਤ ਹੈ, ਭੀਲ ਜਾਤ ਦੇ ਲੋਕ ਉੱਥੇ ਨੇਟਿਵ ਰਹਿੰਦੇ ਸਨ, ਜਿਸ ਤਰ੍ਹਾਂ ਇੱਥੇ ਰੈਡ ਇੰਡੀਅਨ ਰਹਿੰਦੇ ਸਨ ਨਾ, ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਕਿੱਧਰ ਕਿੱਧਰ ਕੱਢ ਛੱਡਿਆ। ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਹੈ ਤਾਂ ਕਿ ਸਮਝ ਆ ਸਕੇ ਸਾਨੂੰ ਸਾਰੀ ਗੱਲ। ਅਤੇ ਉੱਥੇ ਦੇ ਲੋਕ ਜਿਹੜੇ ਸਨ ਬਾਹਰੋਂ ਆਏ, ਆਰੀਅਨ ਆਏ, ਅਤੇ ਉਹਨਾਂ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਆਪਣੀਆਂ ਇਲਾਕਿਆਂ ਵਿੱਚ। ਉਹ ਚਲੇ ਗਏ ਜੰਗਲਾਂ ਵਿੱਚ, ਜਿਹੜੇ ਭੀਲ ਸਨ ਆਪਣਾ ਇਲਾਕਾ ਛੱਡ ਕੇ ਜੰਗਲਾਂ ਵਿੱਚ ਉਹਨਾਂ ਨੂੰ ਧੱਕ ਦਿੱਤਾ, ਜੰਗਲਾਂ ਵਿੱਚ ਚਲੇ ਗਏ। ਅਤੇ ਹੁਣ ਜਿਸ ਬੰਦੇ ਦਾ ਤੁਸੀਂ ਇਸ ਤਰ੍ਹਾਂ ਦੀ ਅਨਿਆਂ ਵਾਲੀ ਗੱਲ ਕਰੋਗੇ, ਉਹ ਕੀ ਕਰੇਗਾ? ਉਹ ਤੁਹਾਡੇ ਨਾਲ ਵੀ ਉਹੀ ਕੋਈ ਕਰਨ ਦੀ ਕੋਸ਼ਿਸ਼ ਕਰੇਗਾ। ਹੁਣ ਇਹ ਜਿਹੜੇ ਭੀਲ ਸਨ ਨਾ, ਜੰਗਲ ਵਿੱਚ ਰਹਿੰਦੇ ਸਨ, ਇਹ ਫਿਰ ਕੀ ਕਰਦੇ ਸਨ? ਜੰਗਲ ਵਿੱਚ ਹੀ ਜੰਗਲੀ ਜਾਨਵਰ ਮਾਰਨੇ ਖਾਣੇ, ਜੰਗਲੀ ਪੱਤੇ ਖਾਣੇ, ਜੰਗਲੀ ਫਲ ਖਾਣੇ, ਅਤੇ ਜੰਗਲ ਵਿੱਚ ਹੀ ਵਾਸਾ ਹੋ ਗਿਆ। ਅਤੇ ਫਿਰ ਜਿਸ ਵਕਤ ਕੋਈ ਬੰਦਾ ਤੁਰਿਆ ਜਾਂਦਾ ਮਿਲ ਜਾਏ, ਉਹ ਵੀ ਮਾਰਨਾ ਅਤੇ ਉਹ ਵੀ ਖਾ ਜਾਣਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਸ ਵਕਤ, ਇਹ ਜਬਲਪੁਰ ਦੇ ਇਲਾਕੇ ਦੀ ਗੱਲ ਜੇ, ਵਿੰਧਿਆਚਲ ਇਲਾਕੇ ਦੀ, ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਜਗਤ ਫੇਰੀਆਂ ਕਰਦੇ ਹੋਏ ਉਦਾਸੀਆਂ ਦੇ ਵਿੱਚ ਉਧਰੋਂ ਦੀ ਲੰਘੇ ਨਾ, ਜੰਗਲ ਵਿੱਚ ਦੇ ਲੰਘਦੇ ਹਾਂ ਲੰਘਦੇ ਹਾਂ, ਕਹਿੰਦੇ ਨੇ ਜਿਹਨੂੰ ਕੌਡਾ ਰਾਕਸ਼ ਆਖਦੇ ਨੇ ਨਾ, ਅਸਲ 'ਚ ਕੌਡਾ ਭੀਲ ਹੈ, ਉਹਦਾ ਨਾਮ ਹੈ ਭੀਲ। ਇਹ ਕੌਡਾ ਭੀਲ ਜਿਹੜਾ ਸੀ ਨਾ, ਰਾਕਸ਼ ਅਸੀਂ ਬਣਾ ਦਿੱਤਾ, ਰਾਕਸ਼ ਤੇ ਉਹਨਾਂ ਲੋਕਾਂ ਨੇ ਆਖਿਆ ਜਿਹਨਾਂ ਨੇ ਉੱਥੋਂ ਉਹਨਾਂ ਨੂੰ ਭਜਾਇਆ ਸੀ, ਜਿਹਨਾਂ ਨੇ ਉੱਥੋਂ ਉਹਨਾਂ ਨੂੰ ਆਪਣੇ ਘਰੋਂ ਬਾਹਰ ਕੱਢਿਆ ਸੀ, ਉਹਨਾਂ ਨੂੰ ਰਾਕਸ਼ ਕਹਿੰਦੇ ਸਨ। ਅਤੇ ਕੌਡੇ ਨੇ ਵੇਖਿਆ ਕਿ ਬੰਦੇ ਆਏ ਨੇ, ਇਹ ਵੀ ਪਤਾ ਨਹੀਂ ਉਹਨਾਂ ਦੇ ਸਾਥੀ ਨਾ ਹੋਣ ਜਿਹਨਾਂ ਨੇ ਸਾਨੂੰ ਵਾਰ ਵਾਰ ਕਿਸੇ ਬਾਹਰ ਕੱਢਿਆ ਸੀ। ਉਹ ਜਿਹੜਾ ਬੰਦਾ ਵੀ ਮਿਲਦਾ ਸੀ ਉਹਨੂੰ ਮਾਰਦੇ ਸਨ, ਮਾਰ ਕੇ ਭੁੰਨ ਕੇ ਖਾ ਜਾਣਾ, ਤੇਲ ਵਿੱਚ ਤਲ ਕੇ ਖਾ ਜਾਣਾ, ਜਾਂ ਉਹਦਾ ਹੀ ਲੱਕੜੀਆਂ 'ਤੇ ਰੱਖ ਕੇ ਭੁੰਨ ਕੇ ਖਾ ਜਾਣਾ। ਇਤਿਹਾਸਕਾਰ ਲਿਖਦੇ ਨੇ ਸਤਿਗੁਰ ਪਾਤਸ਼ਾਹ ਜੀ ਨਾਲੋਂ ਮਰਦਾਨਾ ਥੋੜ੍ਹਾ ਜਿਹਾ ਵੱਖ ਹੋ ਗਿਆ ਅਤੇ ਮਰਦਾਨਾ ਕਾਬੂ ਆ ਗਿਆ। ਅਤੇ ਉਹਨਾਂ ਨੇ ਸੋਚਿਆ ਵੀ ਅੱਜ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਜਿਸ ਵਕਤ ਉਸਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਮਾਰਨ ਵਾਸਤੇ ਤਿਆਰ ਹੋ ਰਹੇ ਸਨ, ਕੁਝ ਨੇ ਇਹ ਵੀ ਲਿਖਿਆ ਵੀ ਉਹਨੇ ਤੇਲ ਦਾ ਕੜਾਇਆ ਜਿਹੜਾ ਸੀ ਉਹ ਤਪਾਇਆ ਹੋਇਆ ਸੀ। ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਤੈਨੂੰ ਮਾਰਨ ਤੋਂ ਨਹੀਂ ਰੋਕਦੇ, ਤੂੰ ਜੀ ਸਦਕੇ ਮਾਰ ਲਈ ਅਸੀਂ, ਤੈਨੂੰ ਮਾਰਨ ਤੋਂ ਨਹੀਂ ਰੋਕਦੇ। ਉਪਦੇਸ਼ ਦੇਖੋ, ਇਹ ਹੈ ਦਰਸ਼ਨ, ਇਸ ਨੂੰ ਕਹਿੰਦੇ ਨੇ ਦਰਸ਼ਨ। ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ, ਕਹਿੰਦੇ ਨੇ ਤੈਨੂੰ ਮਾਰਨ ਤੋਂ ਨਹੀਂ ਰੋਕਦੇ ਜੀ ਸਦਕੇ, ਇਹਨੂੰ ਵੀ ਮਾਰਨ ਤੋਂ ਬਾਅਦ ਤੇਰਾ ਜੀ ਕਰੇ ਮੈਨੂੰ ਵੀ ਮਾਰ ਸਕਦਾ, ਪਰ ਕਹਿੰਦੇ ਤੂੰ ਮਾਰਦਾ ਕਿਉਂ ਹੈ?
ਕਹਿਣ ਲੱਗਾ ਜੀ ਮੈਨੂੰ ਇਹਨਾਂ ਨੇ ਮਾਰ ਮਾਰ ਭਜਾਇਆ ਉੱਥੋਂ, ਅਤੇ ਹੁਣ ਸਾਡਾ ਕੰਮ ਹੀ ਹੈ ਜਿਹੜਾ ਸਾਡੇ ਕਾਬੂ ਹੈ, ਜਿਵੇਂ ਮਾਰਦੇ ਹਾਂ ਉਸ ਮਾਰ ਕੇ ਖਾ ਜਾਂਦੇ ਹਾਂ। ਸਤਿਗੁਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਭਲਿਆ, ਇਹ ਮਨੁੱਖ ਨੂੰ ਮਾਰ ਕੇ ਖਾਣ ਦੇ ਨਾਲ ਤੇਰੀ ਕਿਤਨੇ ਕੁਮਾਰੇ ਨੇ ਜੀ, ਅੱਜ ਤੱਕ ਤੇਰੀ ਤ੍ਰਿਪਤੀ ਹੋ ਗਈ ਹੈ, ਤੇਰਾ ਮਨ ਤ੍ਰਿਪਤ ਹੋ ਗਿਆ, ਤੇਰਾ ਮਨ ਰੱਜ ਗਿਆ। ਕਹਿੰਦਾ ਜੀ ਨਹੀਂ ਰੱਜਿਆ, ਹੋਰ ਮਾਰਨ ਨੂੰ ਜੀ ਕਰਦਾ, ਹੋਰ ਮਾਰਨ ਨੂੰ ਜੀ ਕਰਦਾ। ਸਤਿਗੁਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਫਿਰ ਤੂੰ ਇੱਕ ਕੰਮ ਕਰ। ਕਹਿਣ ਲੱਗੇ ਜੇ ਤੂੰ ਥੋੜ੍ਹੀ ਦੇਰ ਵਾਸਤੇ ਇਹ ਕੰਮ ਛੱਡ ਦੇਵੇ, ਜੇ ਤੇਰਾ ਇਹ ਕੰਮ ਛੱਡਣ ਵਾਸਤੇ ਤੇਰਾ ਮਨ ਮੰਨ ਜਾਏ, ਜੇ ਮੈਂ ਤੈਨੂੰ ਸ਼ਹਿਰ ਵਿੱਚ ਲੈ ਜਾਂਦਾ, ਤੂੰ ਜਾਣ ਲਈ ਤਿਆਰ ਹੋਵੇਗਾ ਮੇਰੇ ਨਾਲ, ਤੈਨੂੰ ਉੱਥੇ ਵਾਸਾ ਦੇ ਦਿਆਂਗੇ, ਤੈਨੂੰ ਜੰਗਲ ਵਿੱਚ ਨਹੀਂ ਰਹਿਣਾ ਪਵੇਗਾ, ਤੂੰ ਆਪਣੇ ਆਰਾਮ ਦੇ ਨਾਲ ਆਪਣੇ ਅਸਥਾਨ ਦੇ ਉੱਤੇ ਰਹਿ, ਆਪਣੇ ਘਰ ਵਿੱਚ ਰਹਿ। ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਉਸ ਕੌਡੇ ਰਾਕਸ਼ ਨੂੰ, ਉਹਨਾਂ ਦੇ ਪਰਿਵਾਰ ਟੱਬਰ ਜਿਹੜਾ ਕੋਈ ਉੱਥੇ ਜਿੰਨਾ ਕਬੀਲਾ ਉਹਨਾਂ ਦਾ ਰਹਿੰਦਾ ਸੀ, ਉਹਨਾਂ ਸਾਰਿਆਂ ਨੂੰ ਲਿਜਾ ਕੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਜਬਲਪੁਰ ਦੇ ਅੰਦਰ ਸਤਿਗੁਰ ਗਰੀਬਨਵਾਜ ਪਾਤਸ਼ਾਹ ਜੀ ਨੇ ਨਿਵਾਸ ਕਰਵਾਇਆ। ਅਤੇ ਨਿਵਾਸ ਕਰਵਾ ਕੇ ਸਤਿਗੁਰ ਪਾਤਸ਼ਾਹ ਜੀ ਨੇ ਜੀਵਨ ਕਲਾ ਬਦਲ ਦਿੱਤੀ, ਉਹਨਾਂ ਨੂੰ ਉਪਦੇਸ਼ ਦਿੱਤਾ। ਸਤਿਗੁਰ ਗਰੀਬਨਵਾਜ ਪਾਤਸ਼ਾਹ ਜੀ ਦਾ ਪੁੱਤਰ ਬਚਨ ਦੀ ਇੱਕ ਪੰਕਤੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਲੈਂਦਾ। ਸਤਿਗੁਰ ਪਾਤਸ਼ਾਹ ਜੀ ਨੇ ਦਰਸ਼ਨ ਕੋ ਲੋਚੈ ਸਭ ਕੋਏ, ਸਾਰੀ ਦੁਨੀਆਂ ਦਰਸ਼ਨਾਂ ਦੀ ਲੋਚਾ ਕਰਦੀ ਹੈ, ਅਤੇ ਸਤਿਗੁਰ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਪਰ ਕਹਿੰਦੇ ਨੇ ਇੱਕ ਨਾ ਦਰਸ਼ਨ ਦੀ ਪ੍ਰਤੀਤ ਨਾ ਆਈ ਆ। ਦਰਸ਼ਨ ਦੀ ਲੋਚਾ ਤਾਂ ਕਰਦੇ ਹਾਂ ਪਰ ਦਰਸ਼ਨ ਦੀ ਪ੍ਰਤੀਤ ਨਹੀਂ ਆਉਂਦੀ। ਪ੍ਰਤੀਤ ਕਹਿੰਦੇ ਯਕੀਨ, ਭਰੋਸਾ, ਦਰਸ਼ਨ 'ਤੇ ਭਰੋਸਾ ਨਹੀਂ ਬਣਦਾ। ਦਰਸ਼ਨ ਕੀਤਾ, ਭਰੋਸਾ ਭਰੋਸਾ ਕੋਈ ਨਹੀਂ ਹੋਇਆ, ਮੱਥਾ ਟੇਕਿਆ, ਚੱਲ ਗਏ। ਸਤਿਗੁਰ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਵੀ ਜੀ ਮੈਂ ਭਰੋਸਾ ਕਿਵੇਂ ਬਣਾਵਾਂ, ਪ੍ਰਤੀਤ ਕਿਸ ਤਰ੍ਹਾਂ ਬਣੇ ਮੇਰੀ, ਜੀ ਮੈਂ ਪ੍ਰਤੀਤ ਨੂੰ ਪ੍ਰਾਪਤ ਕਿਸ ਤਰ੍ਹਾਂ ਕਰ ਸਕਾਂ। ਸਤਿਗੁਰ ਪਾਤਸ਼ਾਹ ਜੀ ਆਖਿਆ, ਕਹਿੰਦੇ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਕੀਤੋ ਵਿਚਾਰ। ਕਹਿੰਦੇ ਨੇ ਗੁਰੂ ਕੇ ਸ਼ਬਦ ਦੀ, ਜੋ ਗੁਰੂ ਸ਼ਬਦ ਬੋਲਦਾ ਹੈ, ਜੋ ਗੁਰੂ ਉਪਦੇਸ਼ ਕਰਦਾ, ਜਿਹੜੇ ਉਹਦੀ ਵਿਚਾਰ ਨਹੀਂ ਕਰਦੇ, ਉਹਦੇ ਵਾਲੇ ਪਾਸੇ ਧਿਆਨ ਨਹੀਂ ਦਿੰਦੇ, ਉਹਦੇ ਬਾਰੇ ਸੋਚਦੇ ਨਹੀਂ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਦਰਸ਼ਨ 100 ਵਾਰੀ ਕਰੀ ਜਾਣ, ਭਾਵੇਂ 50 ਵਾਰੀ ਕਰੀ ਜਾਣ, ਉਹ ਕੀ ਅਰਥ ਰੱਖਦਾ ਉਹ ਦਰਸ਼ਨ। ਸਤਿਗੁਰ ਜੀ ਨੇ ਬਾਣੀ ਦੇ ਪਵਿੱਤਰ ਬਚਨ ਉਚਾਰਨ ਕੀਤਾ ਜੀ, ਕਹਿੰਦੇ ਨੇ ਸਤਿਗੁਰ ਨੂੰ ਸਭ ਤੋਂ ਦੇਖਦਾ ਜੇਤਾ ਜਗਤ ਸੰਸਾਰ। ਪਰ ਅਗਲੀ ਪੰਕਤੀ ਪੜ੍ਹੋ, ਕਹਿੰਦੇ ਨੇ ਡਿੱਠੇ ਮੁਕਤ ਨਾ ਹੋਵੇ ਜੀ, ਫਿਰ ਇਹ ਸਾਡੇ ਦਰਸ਼ਨ ਕਿਸੇ ਅਰਥ ਵਿੱਚ ਨਹੀਂ ਰਹਿ ਜਾਂਦੇ। ਸਤਿਗੁਰ ਪਾਤਸ਼ਾਹ, ਡਿੱਠੇ ਮੁਕਤ ਨਾ ਹੋਵੇ ਜੇਕਰ ਸ਼ਬਦ ਨਾ ਕਰੇ ਵਿਚਾਰ। ਗੁਰੂ ਜੋ ਸ਼ਬਦ ਬੋਲਦਾ, ਜੋ ਗੁਰੂ ਸ਼ਬਦ ਸਾਨੂੰ ਬਖਸ਼ਿਸ਼ ਕਰਦਾ, ਜੋ ਗੁਰੂ ਨੇ ਸ਼ਬਦ ਸਰੂਪ ਸਾਨੂੰ ਗੁਰਬਾਣੀ ਦਿੱਤੀ ਹੈ, ਜੇ ਇਸ ਬਾਣੀ ਨੂੰ ਮੰਨਦਾ ਨਹੀਂ, ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਨੇ ਇਸ ਦਰਸ਼ਨ ਦੇ ਨਾਲ ਉਤਨੀ ਦੇਰ ਤੱਕ ਤੇਰੇ ਜੀਵਨ ਵਿੱਚ ਬਦਲਾਅ ਨਹੀਂ ਆ ਸਕਦਾ, ਚੇਂਜ ਨਹੀਂ ਹੋ ਸਕਦੀ। ਬਦਲਾਅ ਉਸ ਦਿਨ ਆਏਗਾ ਜੇਕਰ ਸ਼ਬਦ ਦੇ ਮੁਤਾਬਕ ਜੀਵਨ ਬਤੀਤ ਕਰਨਾ ਸ਼ੁਰੂ ਕਰੇਗਾ। ਜੇ ਸਤਿਗੁਰ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਲਕ ਜੀ ਮੈਂ ਕੀ ਦੇਖਦਾ ਹਾਂ, ਕਹਿੰਦੇ ਨੇ ਜਿਸ ਗਰੀਬਨਵਾਜ ਪਾਤਸ਼ਾਹ ਜੀ ਦਰਸ਼ਨ ਕੋ ਲੋਚੈ ਸਭ ਕੋਏ, ਪਰ ਪੂਰੇ ਭਾਗ ਪ੍ਰਾਪਤ ਹੋਏ। ਕਹਿੰਦੇ ਨੇ ਇੱਕ ਮੰਗ ਕੀਤੀ ਸਤਿਗੁਰ ਪਾਤਸ਼ਾਹ, ਕਹਿੰਦੇ ਦਰਸ਼ਨ ਮੰਗੋ ਦੇ ਪਿਆਰੇ। ਇਹ ਮਾਲਕ ਜੀ ਅਸੀਂ ਵੀ ਤੁਹਾਡੇ ਦਰਸ਼ਨ ਮੰਗਣ ਵਾਸਤੇ ਆਏ ਹਾਂ, ਅਸੀਂ ਵੀ ਤੁਹਾਡੇ ਦਰਸ਼ਨਾਂ ਲਈ ਪਹੁੰਚੇ ਹਾਂ, ਯਕੀਨ ਕੈਸਾ ਰੱਖ ਕੇ ਪਹੁੰਚੇ ਆ, ਕਿਹੜਾ ਯਕੀਨ ਮਨ ਵਿੱਚ, ਕਿਹੜੀ ਪ੍ਰਤੀਤ ਮਨ ਵਿੱਚ ਰੱਖ ਕੇ ਪਹੁੰਚੇ ਆ ਕਿ ਤੁਮਰੀ ਸੇਵਾ ਕੌਣ ਕੌਣ ਨਾ ਕਰੇ, ਤੇਰੀ ਸੇਵਾ ਮੈਂ ਨਰ ਕਿਹੜੇ ਕਿਹੜੇ ਨਹੀਂ ਕਰ ਗਏ, ਤੇਰੀ ਸੇਵਾ ਨਾਲ ਕੌਣਾ ਰਾਕਸ਼ ਜਿਹਨੂੰ ਦੁਨੀਆਂ ਆਖਦੀ ਆ ਉਹ ਤਰ ਗਿਆ ਪਾਤਸ਼ਾਹ। ਤੇ ਹੁਣ ਤੁਸੀਂ ਹੈਰਾਨ ਹੋਵੋਗੇ, ਉਸ ਜਬਲਪੁਰ ਦੇ ਵਿੱਚ ਜਿੱਥੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਕੌਡੇ ਰਾਕਸ਼ ਨੂੰ ਉਪਦੇਸ਼ ਕਰਕੇ ਜੀਵਨ ਦਾ ਪੰਧ ਦੱਸਿਆ, ਜੀਵਨ ਦਾ ਰਸਤਾ ਦੱਸਿਆ, ਉਸ ਥਾਂ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਕਾਇਮ, ਉਸ ਗੁਰਦੁਆਰਾ ਸਾਹਿਬ ਨੂੰ ਉੱਥੇ ਦੇ ਲੋਕੀ ਜਿਹੜੇ ਨੇ ਉਹ ਉਹਨਾਂ ਭੀਲਾਂ ਦਾ ਮੰਨਦੇ ਨੇ, ਅਤੇ ਉਹਨਾਂ ਲੋਕਾਂ ਨੇ ਉਸਦਾ ਨਾਮ ਵੀ ਅਜੀਬ ਕਿਸਮ ਦਾ ਰੱਖਿਆ ਹੋਇਆ। ਪਰ ਉਸ ਗੁਰਦੁਆਰਾ ਸਾਹਿਬ ਦੇ ਨਾਲ ਅੱਜ ਵੀ ਗੁਰੂ ਗੋਬਿੰਦ ਸਿੰਘ ਹਾਇਰ ਸੈਕੰਡਰੀ ਸਕੂਲ ਚੱਲ ਰਿਹਾ, ਮਾਤਾ ਗੁਜਰੀ ਜੀ
ਦੇ ਨਾਮ ਦੇ ਉੱਤੇ ਇੱਕ ਲੜਕੀਆਂ ਦਾ ਇੱਕ ਸਕੂਲ ਚੱਲ ਰਿਹਾ ਤੇ ਚੱਲ ਕਿੱਥੇ ਰਿਹਾ ਉਸ ਗੁਰਦੁਆਰੇ ਵਿੱਚ ਜਿੱਥੇ ਉਸ ਭੀਲ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਿਠਾਇਆ ਸੀ ਜਿਹਨੂੰ ਅਸੀਂ ਤੁਹਾਡਾ ਰੱਬ ਛਕਦੇ ਹਾਂ। ਸਤਿਗੁਰੂ ਗਰੀਬਨਵਾਜ ਪਾਤਸ਼ਾਹ ਜੀ ਨੇ ਉਹਦਾ ਨਾਮ ਉਸ ਗੁਰਦੁਆਰਾ ਸਾਹਿਬ ਦਾ ਜੇ ਅੱਜ ਵੀ ਤੁਸੀਂ ਪ੍ਰਾਪਤ ਕਰਨਾ ਹੋਵੇ ਉਹਦਾ ਨਾਂ ਜੇ ਸੜਾ ਕਾਲ। ਕਹਿੰਦੇ ਨੇ ਮੈਂ ਨਾਮ ਸ਼ਾਇਦ ਗਲਤ ਲੈ ਗਿਆ, ਉਹਦਾ ਨਾਮ ਮੜਾ ਤਾਲ, ਮੜਾ ਤਾਲ, ਮੜੀ ਨੂੰ ਮੜੇ ਤੋਂ ਬੜਾ, ਕਿਉਂਕਿ ਜਿੱਥੇ ਲੋਕ ਕਹਿੰਦੇ ਸਨ ਉੱਥੇ ਪਹਿਲਾਂ ਮੜੀਆਂ ਸਨ ਅਤੇ ਉਹਨਾਂ ਮੜੀਆਂ ਵਿੱਚ ਜਾ ਕੇ, ਕਿਉਂਕਿ ਸ਼ਹਿਰ ਵਿੱਚ ਕੋਈ ਵਰਨ ਨਹੀਂ ਸੀ ਦਿੰਦਾ ਉਹਨਾਂ ਨੂੰ, ਸਤਿਗੁਰ ਨੇ ਮੜੀਆਂ ਵਿੱਚ ਜਾ ਕੇ ਉਹਨਾਂ ਨੂੰ ਥਾਂ ਦੇ ਦਿੱਤੀ ਕਿ ਇੱਥੇ ਵਸੋ। ਉਸ ਗੁਰਦੁਆਰਾ ਸਾਹਿਬ ਦਾ ਨਾਲ ਅੱਜ ਵੀ ਮੜਾ ਤਾਲ ਜੇ ਉਸ ਗੁਰਦੁਆਰੇ ਦਾ ਨਾਮ ਜੱਬਰਪੁਰ ਦੇ ਅੰਦਰ ਇਹ ਗੁਰਦੁਆਰਾ ਪੈਂਦਾ ਜੇ ਕਿਸੇ ਵੇਲੇ ਤੁਸੀਂ ਸਰਚ ਕਰ ਲੈਣਾ, ਜਿਹੜੇ ਉੱਧਰ ਦੇ ਰਹਿਣ ਵਾਲੇ ਨੂੰ ਜ਼ਰੂਰ ਜਾਣਦੇ ਹੋ। ਔਰ ਅੱਜ ਉਸੇ ਜਿਹਨੂੰ ਦੁਨੀਆ ਕੌਂਡਾ ਰਾਕਸ਼ ਆਖਦੀ ਸੀ, ਜਿਹੜੇ ਬੰਦਾ ਮਾਰ ਮਾਰ ਖਾਂਦੀ ਸੀ, ਉਹਦੇ ਨਾਮ ਦੇ ਉੱਤੇ ਇਸ ਪਿੰਡ ਦੇ ਅੰਦਰ ਇਸ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਸਥਿਤ ਹੈ। ਔਰ ਇਹ ਹੁਣ ਆਰਮੀ ਦੇ ਕੈਂਪ ਵਿੱਚ ਚਲਾ ਗਿਆ ਇਹ ਸਥਾਨ, ਔਰ ਬੜੀ ਵੱਡੀ ਛਾਵਣੀ ਹੈ ਇੱਥੇ ਜਬਲਪੁਰ ਦੇ ਅੰਦਰ। ਆਰਮੀ ਵਾਲੇ ਉਸ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਕਰਦੇ ਨੇ, ਔਰ ਉੱਥੇ ਦੋ ਵੱਡੇ ਸਕੂਲ ਜਿਹੜੇ ਨੇ ਅੱਜ ਉਸੇ ਭੀਲ ਜਿਹਨੂੰ ਕੌਂਡਾ ਰਾਕਸ਼ ਆਖਿਆ ਜਾਂਦਾ ਸੀ, ਦੁਨੀਆ ਨਫ਼ਰਤ ਨਾਲ ਜਿਹਨੂੰ ਵੇਖਦੀ ਸੀ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾਲਤਾ ਸਦਕਾ ਅੱਜ ਉਹ ਅਸਥਾਨ ਜਿਹੜਾ ਹੈ ਉਸ ਅਸਥਾਨ ਨੂੰ ਭਾਗ ਲੱਗੇ ਹੋਏ ਨੇ ਅਤੇ ਇਸ ਨੂੰ ਆਖਦੇ ਨੇ ਦਰਸ਼ਨ ਪਰਸਿਆ ਗੁਰੂ ਕੈ, ਇਹਨੂੰ ਕਹਿੰਦੇ ਨੇ ਦਰਸ਼ਨ ਪਰਸਿਆ ਗੁਰੂ ਕੈ, ਇਹ ਨੇ ਦਰਸ਼ਨ ਪਰਸਣੇ। ਅਸੀਂ ਵੀ ਯਤਨ ਕਰੀਏ ਇਸ ਤਰ੍ਹਾਂ ਦੇ ਨਾਲ ਇਹ ਦਰਸ਼ਨ ਪਰਸਕੀਏ, ਆਉਣ ਵਾਲੇ ਐਤਵਾਰ ਦੇ ਦੀਵਾਨ ਵਿੱਚ ਤੁਹਾਡੇ ਨਾਲ ਕੋਸ਼ਿਸ਼ ਕਰਾਂਗਾ ਗੁਰਬਾਣੀ ਦੀਆਂ ਹੋਰ ਵਿਚਾਰਾਂ ਸਾਂਝੀਆਂ ਕਰਨ ਦੀ। ਵਿਸ਼ੇਸ਼ ਤੌਰ ਉੱਤੇ ਐਤਵਾਰ ਦਾ ਦੀਵਾਨ ਵੀ ਸੰਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਹੋ ਰਿਹਾ ਹੈ। ਭਾਵੇਂ ਇਹ ਸਤਿਗੁਰ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਅਪ੍ਰੈਲ ਦੇ ਮਹੀਨੇ ਵਿੱਚ ਹੈ, 14 ਅਪ੍ਰੈਲ ਜੋ ਗੁਰੂ ਨਾਨਕ ਸ਼ਾਹੀ ਕੈਲੰਡਰ ਹੈ ਉਹਦੇ ਮੁਤਾਬਕ ਇਹ 14 ਅਪ੍ਰੈਲ ਬਣਦਾ। ਵੈਸੇ 15 ਅਪ੍ਰੈਲ ਲਿਖਿਆ ਹੋਇਆ ਪੁਸਤਕਾਂ ਦੇ ਅੰਦਰ, ਤੁਸੀਂ ਵੀ ਪੜ੍ਹਿਆ ਹੋਵੇਗਾ, ਜਿਸ ਨੂੰ ਅਸੀਂ ਹਰ ਸਾਲ ਵਿਸਾਖੀ ਵਾਲੇ ਦਿਨ 14 ਅਪ੍ਰੈਲ ਨੂੰ ਅਸੀਂ ਉਸ ਦਿਹਾੜੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ ਮਨਾਉਂਦੇ ਹਾਂ। ਪਰ ਇਹ ਰਵਾਇਤੀ ਤੌਰ 'ਤੇ ਸਾਰੇ ਮਨਾਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਤੋਂ ਜਿਤਨੀ ਵਾਰ ਵੀ ਦਿਨ ਵਿੱਚ ਭਾਵੇਂ 50 ਵਾਰੀ ਮਨਾਈਏ ਯਾਦ ਕਰੀਏ ਉਹਦੇ ਲਈ ਥੋੜ੍ਹਾ। ਇਸ ਕਰਕੇ ਸਤਿਗੁਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਆਤਮ ਉਦੇਸ਼ ਦੀ ਖੁਸ਼ੀ ਅੰਦਰ ਅਸੀਂ ਜਿਸ ਤਰ੍ਹਾਂ ਹਮੇਸ਼ਾ ਸ਼ਬਦ ਚੌਂਕੀ ਕੱਢਦੇ ਹਾਂ, ਆਸ਼ਾ ਕੀ ਵਾਰ ਦੀ ਸਮਾਪਤੀ ਤੋਂ ਬਾਅਦ 10:30 ਵਜੇ ਠੀਕ ਬਾਅਦ ਅਸੀਂ ਸ਼ਬਦ ਚੌਂਕੀ ਕੱਢਾਂਗੇ ਅਤੇ ਉਸ ਸ਼ਬਦ ਚੌਂਕੀ ਦੇ ਵਿੱਚ ਸਾਰੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੋ। ਬੱਚਿਆਂ ਨੂੰ ਵੀ ਲੈ ਕੇ ਆਓ ਤਾਂ ਕਿ ਬੱਚੇ ਵੇਖ ਸਕਣ ਅਸੀਂ ਜਿਸ ਤਰ੍ਹਾਂ ਪ੍ਰਭਾਤ ਫੇਰੀਆਂ ਨਗਰ ਕੀਰਤਨ ਤੋਂ ਬਾਹਰ ਹੁੰਦੇ ਨੇ, ਇੱਥੇ ਸਾਡੇ ਪਾਸ ਜੋ ਇਹ ਛੋਟਾ ਜਿਹਾ ਸਾਧਨ ਹੈ ਅਸੀਂ ਉਸਨੂੰ ਵਰਤਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਤਾਂ ਕਿ ਬੱਚੇ ਜਿਹੜੇ ਨੇ ਉਹ ਵੇਖ ਸਕਣ ਵੀ ਅਸੀਂ ਸ਼ਬਦ ਚੌਂਕੀ ਵਿੱਚ ਕਿਸ ਤਰ੍ਹਾਂ ਗੁਰੂ ਕੀ ਪੁਸਤਕ ਕਰਦੇ ਹੋਏ ਸ਼ਬਦ ਪੜ੍ਹਦੇ ਹੋਏ ਅਸੀਂ ਸਾਰੇ ਬਾਹਰ ਗੁਰੂ ਦਾ ਜਸ ਗਾਉਂਦੇ ਹਾਂ, ਔਰ ਉਸ ਤੋਂ ਬਾਅਦ ਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਏਗੀ, ਫਿਰ ਉਸ ਤੋਂ ਬਾਅਦ ਜਿਹੜਾ ਹੈ ਜਿਸ ਤਰ੍ਹਾਂ ਰੈਗੂਲਰ ਦੀਵਾਨ ਹਮੇਸ਼ਾ ਹੁੰਦਾ ਉਸ ਤਰ੍ਹਾਂ ਹੋਵੇਗਾ। ਸੋ ਆਓ ਸਾਰੇ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਕਰੀਏ, ਗਰੀਬ ਗੁਰਬਾਜ ਪਾਤਸ਼ਾਹ ਜੀ ਅਸੀਂ ਵੀ ਤੁਹਾਡੇ ਦਰਸ਼ਨ ਪ੍ਰਾਪਤ ਕਰਨ ਵਾਸਤੇ ਆਏ ਹਾਂ ਅਤੇ ਸਾਨੂੰ ਵੀ ਇਹ ਦਾਤ ਪ੍ਰਾਪਤ ਹੋਵੇ ਸਤਿਗੁਰ ਗਰੀਬ ਗੁਰਬਾਜ ਪਾਤਸ਼ਾਹ ਜੀ ਦੇ, ਇਹ ਦਾਤ ਅਸੀਂ ਪ੍ਰਾਪਤ ਕਰੀਏ। ਦਰਸ਼ਨ ਮੰਗੋ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨਾ ਕਰੇ, ਮਾਲਕ ਜੀ ਕੌਡੇ ਰਾਕਸ਼ ਵਰਗਿਆਂ ਨੂੰ ਕਾਲ ਦਿੱਤਾ ਜੇ ਸਾਡੇ 'ਤੇ ਵੀ ਕਿਰਪਾ ਕਰੋ, ਸਾਡੇ 'ਤੇ ਵੀ ਰਹਿਮਤ ਕਰੋ, ਮਿਹਰ ਕਰੋ, ਅਸੀਂ ਵੀ ਤੁਹਾਡੀ ਸ਼ੀਸ਼ ਪ੍ਰਾਪਤ ਕਰ ਸਕੀਏ। ਦਰਸ਼ਨ ਪਰਸੇ ਕਰੀਬ ਕਰੀਬ ਤੁਹਾਨੂੰ ਵੀ ਯਾਦ ਹੋ ਗਈਆਂ ਹੋਣਗੀਆਂ, ਹੁਣ ਮੈਨੂੰ ਤਾਂ ਹੀ ਪਤਾ ਲੱਗੇਗਾ ਨਾ ਜੇ ਤੁਸੀਂ ਬੋਲ ਕੇ ਸੁਣਾਓ। ਸਾਰੇ ਕਿਰਪਾ ਕਰੋ ਜੀ, ਦਰਸ਼ਨ ਪਰਸੇ
ਸਮੁੰਦਰ ਹੈ।